ਲਓ ਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ। ਉਮੀਦ ਕਰਦਾ ਸਭ ਖੁਸ਼ ਹੋਣਗੇ, ਮੈਂ ਵੀ ਖੁਸ਼ ਹਾਂ, ਤੁਹਾਡਾ ਆਪਣਾ ਭਰਾ ਗੌਤਮ ਜੋਸ਼ੀ। ਬਾਈ ਯਾਰ, ਆਸਟ੍ਰੇਲੀਅਨ ਦੀ ਵੀ ਸ਼ਾਇਦ ਮੇ ਬੀ ਕੋਈ ਵੀਡੀਓ ਹੀ ਹੋਵੇ ਯੂਟਿਊਬ 'ਚ, ਹੋ ਵੀ ਸਕਦੀ ਹੈ, ਆਈ ਐਮ ਨੋਟ ਕਲੀਅਰ ਔਰ ਕਨਫਰਮ। ਕਿਉਂਕਿ ਬਾਈ ਇਹਨਾਂ, ਅਸੀਂ ਜਦੋਂ ਰਾਜਸਥਾਨ ਘੁੰਮਣ ਗਏ ਸੀ, ਇਹ ਘੋੜਾ ਵੱਜਦਾ ਮੰਦਰ ਵਾਲਾ ਘੋੜਾ, ਠੀਕ ਹੈ ਜੀ, ਮੰਦਰ ਵਾਲਾ ਘੋੜੇ ਦੇ ਨਾਮ ਤੋਂ। ਅਤੇ ਮੇਰੇ ਖਿਆਲ ਚਾਰ ਪੂਜਾ ਧਾਮ ਮੰਦਰ ਆ ਜੀ। ਪੰਡਿਤ ਜੀ ਆਹ ਜਿਹੜੇ ਪਿੱਛੇ ਦਿਖ ਰਹੇ ਨੇ ਬਲਿਊ ਟੀ ਸ਼ਰਟ 'ਚ, ਇਹ ਓਨਰ ਨੇ ਜੀ, ਬਹੁਤ ਵਧੀਆ ਬੰਦੇ ਨੇ, ਠੀਕ ਹੈ, ਬਹੁਤ ਅੱਛੀ ਲੋਕੇਸ਼ਨ 'ਚ ਰੱਖਿਆ ਹੋਇਆ ਆਸਟ੍ਰੇਲੀਅਨ। ਅਤੇ ਇਹਦੇ ਨਾਲ ਕੁਛ ਖਾਸ ਗੱਲਾਂ ਨੇ, ਪੂਰੀ ਵੀਡੀਓ ਦੇਖਿਓ ਬਾਈ। ਬਾਈ ਜੀ, ਬਾਈ ਹੁਣਾਂ ਕੋਲ ਬਹੁਤ ਅੱਛੇ ਜਾਨਵਰ ਰੱਖੇ ਆ। ਆਹ ਜਿਹੜਾ ਘੋੜਾ ਮੰਦਰ ਵਾਲੇ ਘੋੜੇ ਦੇ ਨਾਮ ਤੋਂ ਹੀ ਮਸ਼ਹੂਰ ਆ, ਇਹਦਾ ਸਾਇਰ ਹੈਗਾ ਗ੍ਰੇਟ ਗੈਂਬਲਰ। ਗੈਂਬਲਰ ਦਾ ਇੱਕ ਬਹੁਤ ਹੀ ਸ਼ਾਨਦਾਰ ਰਿਜ਼ਲਟ ਆ ਇਹ, ਠੀਕ ਹੈ ਜੀ। ਅਤੇ ਦੂਜਾ ਬਈ, ਇਹਨੂੰ ਕੋਈ ਵੀ ਬਿਲਕੁਲ ਜਿਵੇਂ ਓਪਨ ਨਹੀਂ ਮਾਰਕੀਟ 'ਚ ਕੀਤਾ ਗਿਆ ਕਵਰਿੰਗ ਲਈ ਜਾਂ ਕਿੱਦਾਂ ਵੀ, ਠੀਕ ਹੈ ਜੀ। ਇਹਨੂੰ ਤਾਂ ਵੀਰੇ ਬੜੇ, ਮਤਲਬ ਕਿ ਇਹਨਾਂ ਨੇ ਆਪ ਦੀ ਪਰਸਨਲ ਜਿੰਨੀਆਂ ਘੋੜੀਆਂ ਉਹ ਮਿਲਾ ਦਿੰਦੇ ਆ, ਅਤੇ ਉਹਦੇ ਬਹੁਤ ਸੋਹਣੇ ਰਿਜ਼ਲਟ ਦੇਖ ਕੇ ਆਇਆ ਬਾਈ ਯਾਰ, ਬਹੁਤ ਹੀ ਸੋਹਣੇ ਰਿਜ਼ਲਟ। ਜਿਹੜੇ ਜਿੱਥੇ ਇਹ ਘੋੜਾ ਉੱਥੇ ਹੀ ਬੱਚੇ ਨੇ ਬਾਈ, ਇਹਦੇ ਘੱਟੋ ਘੱਟ 7-8 ਬਛੇਰੀਆਂ ਜ਼ਿਆਦਾ ਨੇ ਇਹਦੀਆਂ ਬਾਈ, ਸੱਚ ਬਛੇਰੀਆਂ ਜ਼ਿਆਦਾ, ਬਹੁਤ ਅੱਛੀ ਮਾਰਕਿੰਗ, ਪਟਾ ਯੇ ਵੋ, ਮਤਲਬ ਬਹੁਤ ਘੈਂਟ ਘੋੜਾ। ਅਤੇ ਬਾਈ ਹੁਣ ਤੁਸੀਂ ਨਾ ਜਦੋਂ ਵੀਡੀਓ 'ਚ ਕਹਿੰਦੇ ਹੋ ਬਾਈ ਜੀ ਨੰਬਰ ਤਾਂ ਲਿਖ ਦੇ, ਐਡਰੈਸ ਤਾਂ ਲਿਖ ਦੇ, ਇਹ ਬਾਈ ਇੱਦਾਂ ਓਪਨ ਨਹੀਂ ਹੈਗਾ ਕਵਰਿੰਗ ਲਈ, ਜਾਂ ਤਾਂ ਕੋਈ ਇਹਨਾਂ ਦਾ ਨੋਨ ਹੋਵੇ, ਜਾਂ ਜਿਵੇਂ ਕੋਈ ਬੰਦਾ ਚਲੇ ਜਾਂਦਾ ਗੱਲਬਾਤ ਕਰਦਾ ਕਿ ਮੈਂ ਜੀ ਆਪਕਾ ਘੋੜਾ ਡਲਵਾਉਣਾ ਚਾਹਤਾ ਹੂੰ, ਅਗਲੇ ਉਹਨਾਂ ਦੀ ਗੱਲ ਨੂੰ ਕਿੰਨਾ ਸਮਝਦੇ ਆ, ਫਿਰ ਉਸ ਹਿਸਾਬ ਨਾਲ ਉਹ ਘੋੜਾ ਛੱਡ ਦਿੰਦੇ ਆ ਬਾਈ। ਬਾਈ ਜੀ ਬਹੁਤ ਵਧੀਆ ਘੋੜਾ, ਅਤੇ ਹਾਈਟ ਇਹਦੀ ਪਤਾ ਵੀਰੇ ਵੀਡੀਓ 'ਚ ਤੁਸੀਂ ਦੇਖਿਆ ਹੋਣਾ, ਮੈਨੂੰ ਮੇਰਾ ਸਿਹਰਾ ਜਿੱਥੇ ਸਿਰ, ਮਤਲਬ ਇਹਦਾ ਹੰਨਾ ਮੇਰੇ ਸਿਰ ਤੋਂ ਵੀ 4 ਉਂਗਲਾਂ ਉੱਚਾ ਬਾਈ, ਹੁਣ ਹਾਈਟ ਸੋਚ ਲਓ ਕਿੱਥੇ ਹੈ। ਕੋਈ ਸ਼ੋ ਆਫ ਨਹੀਂ ਹੈਗਾ, ਕੋਈ ਬਾਲਾ ਲੈਫ ਹੈ ਨਹੀਂ ਹੈਗਾ, ਮੇਰੇ ਖਿਆਲ ਨਾਲ ਹਲਕਾ ਜਿਹਾ ਕੱਪੜਾ ਮਾਰਿਆ ਹੋਣਾ ਇਹਨਾਂ ਨੇ ਬਾਹਰ ਕੱਢ ਲਿਆ ਘੋੜਾ, ਬੜੇ ਸਿੰਪਲ ਸਧਾਰਨ ਬੰਦੇ ਆ, ਇੱਜ਼ਤ ਮਾਣ ਬਹੁਤ ਹੀ ਕੀਤਾ, ਬਹੁਤ ਪਿਆਰ ਕੀਤਾ, ਮਤਲਬ ਚੰਗੀ ਤਰ੍ਹਾਂ ਬਿਠਾ ਕੇ ਇੱਕ ਇੱਕ ਘੋੜਾ ਕਢਾ ਕੇ ਬਾਈ ਹੋਣਾਂ ਨੇ, ਪੰਡਿਤ ਜੀ ਉਹਨਾਂ ਨੇ ਦਿਖਾਇਆ। ਵੈਸੇ ਉਹ ਗੁੱਜਰ ਫੈਮਿਲੀ ਤੋਂ ਨੇ ਬਾਈ, ਪਰ ਉਹ ਮੰਦਰ ਦੇ ਪੰਡਿਤ ਜੀ ਵੀ ਨੇ, ਉਹਨਾਂ ਦਾ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਆਪਣੇ ਘੋੜੇ ਦਿਖਾਏ। ਅਤੇ ਬਈ ਤੁਸੀਂ ਵੀ ਵੀਰ ਬਣਿਆ, ਮੇਰੀ ਬੇਨਤੀ ਹੋਈ ਆ, ਕਮੈਂਟ ਕਰਕੇ ਦੱਸ ਦਿਆ ਕਰੋ, ਐਡੀ ਮਿਹਨਤ ਨਾਲ ਇੰਨੀ ਦੂਰੋਂ ਬਾਈ ਤੁਹਾਡੇ ਲਈ ਕੱਢ ਕੇ ਲਿਆਇਆ ਇਹ ਆਸਟ੍ਰੇਲੀਆ, ਠੀਕ ਹੈ। ਅਤੇ ਗ੍ਰੇਟ ਗੈਂਬਲਰ ਦਾ ਰਿਜ਼ਲਟ ਆ ਬਾਈ, ਬਹੁਤ ਸ਼ਾਨਦਾਰ। ਕਿਹੋ ਜਿਹੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ, ਲਵ।